ਥਾਣਾ ਭਵਾਨੀਗੜ੍ਹ ਵਿਖੇ ਅੱਜ ਭਵਾਨੀਗੜ੍ਹ ਵਿੱਚ ਲੱਗੇ CCTV ਕੈਮਰਿਆਂ ਦਾ ਨਿਰੀਖਣ ਕਰਨ ਉਚੇਚੇ ਤੌਰ 'ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪੁੱਜੇ। ਇਸ ਮੌਕੇ ਉਹਨਾਂ ਨਾਲ DSP ਮਨਜੀਤ ਸਿੰਘ ਤੋਂ ਇਲਾਵਾ ਥਾਣਾ ਭਵਾਨੀਗੜ੍ਹ ਦੇ ਮੁਖੀ ਗੁਰਿੰਦਰ ਸਿੰਘ ਬੱਲ ਵੀ ਮੌਜੂਦ ਸਨ। ਇਸ ਮੌਕੇ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9,62,000 ਰੁਪਈਏ ਦੇ ਇਹਦੇ 'ਤੇ ਖਰਚਾ ਆ ਚੁੱਕਿਆ ਅਤੇ ਹੋਰ ਵੀ ਕੈਮਰਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। ਜਿਹੜੇ CCTV ਕੈਮਰਾ ਜਿਹੜੇ ਲੱਗੇ ਨੇ ਉਹਨਾਂ ਦਾ ਰਸਮੀ ਤੌਰ 'ਤੇ ਉਦਘਾਟਨ ਵੈਸੇ ਤਾਂ ਕਾਫੀ ਦੇਰ ਤੋਂ ਚੱਲ ਰਹੇ ਨੇ, ਇੱਕ ਨਿਰੀਖਣ ਟਾਈਪ ਹੀ ਹੈ। ਸੋ ਇਹ ਜਿਹੜਾ ਆਈਡੀਆ ਸੀਗਾ ਸਾਡਾ, ਉਹਦੇ ਮੁਤਾਬਕ ਅਸੀਂ ਇਸ ਕੈਮਰਿਆਂ ਵਾਲੇ ਆਈਡੀਆ ਤਹਿਤ ਅਸੀਂ ਇਹ 6ਵਾਂ ਸ਼ਹਿਰ ਹੈ ਜਿਹਦੇ 'ਚ ਪਹਿਲਾਂ ਸੁਨਾਮ, ਪਹਿਲੇ ਗੇੜ ਦੇ ਵਿੱਚ ਸੁਨਾਮ, ਉਸ ਤੋਂ ਬਾਅਦ ਧੂਰੀ, ਬਰਨਾਲਾ, ਸ਼ੇਰਪੁਰ, ਖਨੌਰੀ, ਭਵਾਨੀਗੜ੍ਹ। ਸੋ ਜਿਹਦੇ 'ਚੋਂ ਸੁਨਾਮ ਦਾ ਉਦਘਾਟਨ ਹੋ ਗਿਆ ਸੀਗਾ, ਧੂਰੀ ਦਾ ਹੋ ਗਿਆ, ਸ਼ੇਰਪੁਰ ਦਾ ਵੀ ਹੋ ਗਿਆ, ਬਰਨਾਲਾ ਦਾ ਵੀ ਹੋ ਗਿਆ, ਅੱਜ ਭਵਾਨੀਗੜ੍ਹ ਦਾ ਹੋ ਗਿਆ, ਸਿਰਫ ਖਨੌਰੀ ਦਾ ਰਹਿੰਦਾ। ਸੋ ਨੈਕਸਟ ਜਿਹੜਾ ਫੇਜ਼ ਆਊਗਾ ਉਹਦੇ 'ਚ ਚੀਮਾ, ਲੌਂਗੋਵਾਲ, ਦਿੜਬਾ, ਤਪਾ ਅਤੇ ਮੈਲਕਾ। ਇੰਟਾਇਰ ਏਰੀਆ ਵੀ ਕਵਰ ਕਰਨਾ ਜੀ ਸਾਨੂੰ 10 ਕੈਮਰੇ ਇਹਦੇ ਵਿੱਚ ਨੋਰਮਲ ਔਰ 2 ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰੇ ਮਿਲ ਜਾਣਗੇ ਅਤੇ ਅਸੀਂ ਇੱਥੋਂ ਹੋਰ ਬੈਟਰ ਰਿਜ਼ਲਟ ਜਿਹੜੇ ਅਸੀਂ ਉਹਨਾਂ ਸੀ 4 ਸੀਟਾਂ ਜਿਹੜੀਆਂ ਉਹਨਾਂ ਦਾ ਅਨਾਊਂਸਮੈਂਟ ਹੋਈ ਹੈ ਡੇਲੀ ਅਤੇ ਆਮ ਆਦਮੀ ਪਾਰਟੀ ਆਪਣੇ ਤੌਰ 'ਤੇ ਇਕੱਲਿਆਂ ਲੜੂਗੀ ਔਰ 4 ਸੀਟਾਂ 'ਤੇ ਸਾਡੀ ਸਰਗਰਮੀ ਤਾਂ ਪਹਿਲਾਂ ਹੀ ਚੱਲ ਰਹੀ ਸੀ। ਮੈਂ ਮੁਕੇੜੀਆਂ ਵੀ ਜਾ ਕੇ ਆਇਆ, ਮੈਂ ਦਾਖੇ ਵੀ ਛਪਾਰ ਦੇ ਮੇਲੇ 'ਤੇ ਅਸੀਂ ਰੈਲੀ ਕੀਤੀ, ਪੰਜਾਬ ਬੋਲਦਾ ਹੈ ਨਾ, ਅਤੇ ਜਲਾਲਾਬਾਦ ਵੀ ਬਹੁਤ ਭਰਮਾ ਹੁੰਗਾਰਾ ਮਿਲਿਆ ਸੀ। ਸੋ ਲੜਾਂਗੇ ਇਲੈਕਸ਼ਨ 'ਤੇ, ਲੋਕਤੰਤਰ ਦਾ ਹਿੱਸਾ ਹੈ, ਆਮ ਆਦਮੀ ਪਾਰਟੀ ਇੱਕ ਮੁੱਖ ਵਿਰੋਧੀ ਧਿਰ ਦੇ ਤੌਰ 'ਤੇ ਲੜੂ। ਕੀ ਤਿਆਰੀਆਂ ਨੇ? ਬਿਲਕੁਲ ਤਿਆਰੀਆਂ ਨੇ ਜੀ, ਸਾਡੇ ਵਰਕਰ, ਸਾਡੇ ਵਲੰਟੀਅਰ, ਸਾਡੇ ਅਹੁਦੇਦਾਰ ਸਾਹਿਬਾਨ ਸਾਰੇ ਬਿਲਕੁਲ ਰੈਡੀ ਨੇ, ਕਿਉਂਕਿ ਹੁਣ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਲੈਕਸ਼ਨਾਂ ਲੜਨੀਆਂ ਸਿੱਖ ਗਈ। ਸਾਡੇ ਜਿਹੜੇ ਵਲੰਟੀਅਰ ਕਾਫੀ ਇਲੈਕਸ਼ਨ ਲੜ ਚੁੱਕੇ ਹਨ, ਸੋ ਇਸ ਕਰਕੇ ਬਾਕੀ ਵਲੰਟੀਅਰਾਂ ਤੋਂ ਪੁੱਛ ਕੇ ਉਹਨਾਂ ਦੀ ਰਾਏ ਲੈ ਕੇ ਜਲਦੀ ਉਮੀਦਵਾਰ ਵੀ ਫਾਈਨਲ ਕਰ। ਠੀਕ ਹੈ, ਮਾਨ ਸਾਹਿਬ, ਕਰਤਾਰਪੁਰ ਕੋਰੀਡੋਰ 'ਤੇ ਪਾਕਿਸਤਾਨ ਨੇ $20 ਦੀ ਜਿਹੜੀ ਮੰਗ ਕੀਤੀ ਹੈ ਅਤੇ ਉਹਦੇ ਬਾਰੇ ਕੀ ਕਹੋ? ਦੇਖੋ, ਗੱਲ ਇਹ ਹੈ ਕਿ ਹੁਣ ਜਦੋਂ ਅਸੀਂ ਸਵੇਰੇ ਜਾਵਾਂਗੇ ਆਪਣੇ ਗੁਰੂ ਦੇ ਘਰ, ਆਪਣੇ ਗੁਰੂ ਦੀ ਮਿੱਟੀ ਮੱਥੇ ਨਾਲ ਲਾਵਾਂਗੇ, ਚੁੰਮ ਕੇ ਸਜਦਾ ਕਰਕੇ ਆਵਾਂਗੇ, ਉਸ ਤੋਂ ਬਾਅਦ ਜਿਹੜੀਆਂ ਦੁਆਵਾਂ ਹੋਣਗੀਆਂ ਰਸਤਾ ਖੋਲ੍ਹਣ ਵਾਲਿਆਂ ਪ੍ਰਤੀ ਜਾਂ ਰਸਤਾ ਬਣਾਉਣ ਵਾਲਿਆਂ ਪ੍ਰਤੀ, ਉਹਨਾਂ ਦੀ ਮੇਰੇ ਖਿਆਲ 'ਚ ਕਿਸੇ ਕਰੰਸੀ ਦੇ ਵਿੱਚ ਕੋਈ ਵੈਲਿਊ ਨਹੀਂ ਹੈਗੀ। ਸੋ ਮੇਰੇ ਖਿਆਲ 'ਚ ਇਹੋ ਜਿਹੇ $20 ਜਾਂ $10 ਨਹੀਂ ਲਾਉਣੇ ਚਾਹੀਦੇ ਗੌਰਮੈਂਟਾਂ ਨੂੰ, ਇਹਦੇ ਨਾਲ ਕੋਈ ਉੱਥੋਂ ਦੀ ਇਕੋਨਮੀ ਨੂੰ ਫਰਕ ਨਹੀਂ ਪੈਣ ਲੱਗਿਆ, ਪਰ ਇਹ ਹੈ ਵੀ ਜਿਹੜੀਆਂ ਦੁਆਵਾਂ ਨੇ ਉਹਨਾਂ ਦੀ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ। ਅੱਛਾ, ਸਮਾਰਟਫੋਨ ਵੰਡੇ ਜਾ ਰਹੇ ਨੇ, ਕੈਪਟਨ ਨੇ ਕਿਹਾ ਵੀ ਜਲਦੀ ਵੰਡੇ ਜਾਣਗੇ, ਅਤੇ ਤੁਸੀਂ ਕੀ ਕਹੋਗੇ? ਔਰ ਉਹ ਵੀ ਪਹਿਲਾਂ ਕੁੜੀਆਂ ਨੇ 10ਵੀਂ ਦੇ ਗਏ, ਹਾਸੋ ਗਿਣੀਆਂ ਗੱਲਾਂ ਕਰਦੇ ਕੈਪਟਨ ਸਾਹਿਬ ਜੀ, ਕਹਿੰਦੇ 161 'ਚੋਂ 140 ਵਾਅਦੇ ਪੂਰੇ ਕਰਦੇ, ਦੱਸੋ ਕਿਹੜੇ ਵਾਅਦੇ ਪੂਰੇ ਕਰਦੇ? ਜਦੋਂ ਫਿਰ ਉਹੀ ਵਾਅਦੇ ਰਹਿ ਗਏ ਜਿਨ੍ਹਾਂ ਦੀ ਵੀਡੀਓ ਬਣੀ ਹੈ, ਬਾਕੀ ਤਾਂ ਪੂਰੇ ਕਰਤੇ ਫਿਰ ਹੈ ਨਾ। ਇੱਕ ਤਾਂ ਘਰ ਘਰ ਨੌਕਰੀ ਵਾਲਾ ਵਾਅਦਾ ਰਹਿ ਗਿਆ ਕਿਉਂਕਿ ਉਹਦੀ ਵੀਡੀਓ ਬਣੀ ਹੋਈ ਹੈ, ਇੱਕ ਸਾਰਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਰਹਿ ਗਿਆ ਕਿਉਂਕਿ ਉਹਦੀ ਵੀਡੀਓ ਬਣੀ ਹੋਈ ਹੈ, ਇੱਕ ਸਮਾਰਟਫੋਨ ਵਾਲਾ ਰਹਿ ਗਿਆ ਵੀਡੀਓ ਬਣੀ ਹੋਈ ਹੈ, ਇੱਕ 5 ਮਰਲੇ ਵਾਲਾ ਪਲਾਟ ਰਹਿ ਗਏ
ਉਹਦੀ ਵੀਡੀਓ ਬਣੀ ਹੋਈ ਹੈ। 2500 ਰੁਪਏ ਬੁਢਾਪਾ ਪੈਨਸ਼ਨ ਰਹਿ ਗਈ ਉਹਦੀ ਵੀਡੀਓ ਬਣੀ ਹੋਈ ਹੈ। 2500 ਰੁਪਏ ਬੇਰੁਜ਼ਗਾਰੀ ਭੱਤਾ ਜਿੰਨਾ ਚਿਰ ਰੁਜ਼ਗਾਰ ਨਹੀਂ ਮਿਲਦਾ ਉਹਦੀ ਵੀਡੀਓ ਬਣੀ ਹੋਈ ਹੈ। 55000 ਰੁਪਏ ਸ਼ਗਨ ਸਕੀਮ ਦਾ ਰਹਿ ਗਿਆ ਉਹਦੀ ਵੀਡੀਓ ਬਣੀ ਹੋਈ ਹੈ। ਠੀਕ ਹੈ ਨਾ, ਬਾਕੀ ਸਾਰੇ ਪੂਰੇ ਕਰਤੇ, ਪਤਾ ਨਹੀਂ ਹੁਣ ਕਿਹੜੇ ਪੂਰੇ ਨਸ਼ਿਆਂ ਦਾ ਲੱਕ ਤੋੜਨ ਦੀ ਵੀਡੀਓ ਬਣੀ ਹੋਈ ਹੈ। ਸੋ ਇਹ ਮਤਲਬ ਮੈਂ ਅਸੀਂ ਕਹਿੰਦੇ ਹਾਂ ਕਿ ਨੌਜਵਾਨਾਂ ਨੂੰ ਨੌਕਰੀ ਦੇ ਦਿਓ, ਆਪੀ ਸਮਾਰਟ ਤੋਂ ਵੀ ਸੁਪਰ ਸਮਾਰਟ ਫੋਨ ਖਰੀਦ ਲੈਣਗੇ ਉਹ, ਪਰ ਉਹਨਾਂ ਨੂੰ ਨੌਕਰੀ ਦਿਓ, ਉਹਨੂੰ ਕੰਮ 'ਤੇ ਲਾਓ, ਰੋਜ਼ਗਾਰ ਦਿਓ।